एवन पंजाबी की नई अपडेट जानने के लिए बेल आइकन पर क्लिक करें और एवन पंजाबी को सब्सक्राइब करें यूजर्स ਵੱਲੋਂ ਆਪਣੀਆਂ ਚਿੰਤਾਵਾਂ ਗੁੱਸਾ ਤੇ ਤਣਾਅ ਵਰਗੀਆਂ ਸਮੱਸਿਆਵਾਂ ਨੂੰ ਕੁਝ ਹੱਦ ਤੱਕ ਕੰਟਰੋਲ ਪਾਉਣ ਲਈ ਮੈਂਟਲ ਹੈਲਥ ਐਪਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਹਨਾਂ ਤੇ ਟੈਸਟ ਕਰਨ ਤੋਂ ਬਾਅਦ ਹੈਰਾਨੀ ਵਾਲੇ ਨਤੀਜੇ ਸਾਹਮਣੇ ਆਏ ਹਨ 36 ਮੈਂਟਲ ਹੈਲਥ ਐਪਸ ਦੇ ਟੈਸਟ ਕੀਤੇ ਜਾਂਦੇ ਇਹਨਾਂ ਵਿੱਚੋਂ 33 ਐਪਸ ਅਜਈਆਂ ਹਨ ਜਿਹੜੀਆਂ ਕਿ ਯੂਜ਼ਰ ਦਾ ਡਾਟਾ ਐਡਵਰਟਾਈਜ਼ਿੰਗ ਅਤੇ ਐਨਲਿਟਿਕਸ ਕੰਪਨੀ ਜਿਵੇਂ ਕਿ ਫੇਸਬੁੱਕ ਤੇ ਗੂਗਲ ਨਾਲ ਸ਼ੇਅਰ ਕਰ ਰਹੀਆਂ ਹਨ ਟੈਸਟ ਕੀਤੀਆਂ ਗਈਆਂ ਇਹਨਾਂ ਮੈਂਟਲ ਹੈਲਥ ਐਪਸ ਵਿੱਚੋਂ ਜ਼ਿਆਦਾਤਰ ਐਪਸ ਡਿਪਰੈਸ਼ਨ ਤੋਂ ਲੈ ਕੇ ਸਿਗਰਨ ਨੋਸ਼ੇ ਛੁਡਾਉਣ ਵਾਲੀਆਂ ਸਨ ਜੋ ਕਿ ਯੂਜ਼ਰ ਦਾ ਸੈਂਸਿਟਿਵ ਡਾਟਾ ਜਿਵੇਂ ਕਿ ਹੈਲਥ ਨਾਲ ਜੁੜੀ ਡਾਇਰੀ ਅਤੇ ਹੋਰ ਰਿਪੋਰਟ ਆਦਿ ਨੂੰ ਸ਼ੇਅਰ ਕਰ ਰਹੀਆਂ ਹਨ ਏਵਨ ਪੰਜਾਬੀ ਕੀ ਨਈ ਅਪਡੇਟ ਜਾਣਨ ਲਈ ਬੈਲ ਆਈਕਨ ਪਰ ਕਲਿੱਕ ਕਰੇਂ ਔਰ ਏਵਨ ਪੰਜਾਬੀ ਕੋ ਸਬਸਕ੍ਰਾਈਬ ਕਰੇਂ